ਨੀ ਮਾਂ ਕਰਜੋ, ਚੁੱਪ ਚੁੱਪ ਕਰਜੋ, ਚੁੱਪ ਕਰਜੋ, ਚੁੱਪ ਚੁੱਪ ਹੈ ਮੰਮੀ, ਇਹਦੇ ਨਾਲ ਆਰਾਮਦਾਰੀ ਮਿਲਦੀ ਹੈ। ਹੋਰ ਜਾ ਤੱਤਾ ਜਾਉ ਜਨ ਤੇ ਤਾੜ ਜਾ। ਫਾਈਨਲੀ ਆਪਣਾ ਪਨੀਰ। ਹੈਲੋ ਐਵਰੀਵਨ, ਵੈਲਕਮ ਬੈਕ ਟੂ ਆਪਣੇ ਸਾਰਿਆਂ ਦਾ YouTube ਚੈਨਲ ਗੁਰਜਸ ਬਲੌਗ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਇੱਧਰ ਬਿਮਾਰ ਬੰਦਿਆਂ ਨੂੰ ਮਿਲੋ। ਹੈਲੋ ਐਵਰੀਵਨ, ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਤੁਹਾਡੇ ਬਹੁਤ ਸਾਰਿਆਂ ਦੇ ਕਮੈਂਟ ਆ ਰਹੇ ਸੀ, ਦੀਦੀ ਤੁਸੀਂ ਠੀਕ ਹੋ, ਦੀਦੀ ਤੁਸੀਂ ਠੀਕ ਹੋ। ਦੀਦੀ ਤੁਹਾਡੇ ਠੀਕ ਨਹੀਂ ਹੈਗੇ ਤੇ ਉਹ ਬੈਕ ਦੀ ਪ੍ਰੋਬਲਮ ਹੋ ਗਈ ਸੀ, ਉਹਨਾਂ ਸਟਿਫਨੈਸ ਬਹੁਤ ਹੋ ਗਈ, ਉਹਨਾਂ ਮੇਰੇ ਲੱਤਾਂ 'ਚ ਵੀ ਸਵੈਲਿੰਗ ਹੋ ਗਈ, ਪੈਰ 'ਚ ਵੀ ਸਵੈਲਿੰਗ ਹੋ ਗਈ, ਤੁਰਿਆ ਨਹੀਂ ਜਾ ਰਿਹਾ, ਸਟਿਫਨੈਸ ਬਹੁਤ ਹੋ ਗਈ, ਮਤਲਬ ਆਕੜ ਬਹੁਤ ਪੈ ਗਈ ਆ। ਕਹੀ ਕਹਿੰਦੇ ਉਦਾਂ ਦਾ ਕੰਮ ਕਰਨ ਲੱਗੇ ਵੀ ਡਰਾਮੇ ਕਰਦੇ, ਪਰ ਕੋਈ ਡਰਾਮਾ ਨਹੀਂ ਭਾਈ, ਕਿਸੇ ਦਾ ਵੀ ਜੀ ਨਹੀਂ ਕਰਦਾ ਵੀ ਉਹ ਬੈੱਡ ਤੇ ਪਵੇ। ਠੀਕ ਆ, ਜੇ ਬੰਦਾ ਬਿਮਾਰ ਹੁੰਦਾ ਤਾਂ ਹੀ ਬੈੱਡ ਤੇ ਪੈਂਦਾ ਨਾ, ਕੋਈ ਵੀ ਆ ਕਿਸੇ ਦਾ ਵੀ ਦਿਲ ਨਹੀਂ ਕਰਦਾ ਵੀ ਮੈਂ ਬੈੱਡ ਤੇ ਪਵਾਂ, ਹੈ ਨਾ। ਤੇ ਇਹ ਹੋ ਗਏ ਹੁਣ ਬਿਮਾਰ, ਅੱਜ ਸਾਡੇ ਘਰ ਆ ਰਹੇ ਨੇ ਗੈਸਟ ਤੇ ਹੁਣ ਸਾਫ਼ ਹਫ਼ਤਾ ਹਫ਼ਤਾ ਹੀ ਹੋ ਗਿਆ ਮੈਨੂੰ, ਹਫ਼ਤਾ ਹੋ ਗਿਆ ਤੇ ਹਲੇ ਹਫ਼ਤੇ ਦੀ ਹੋਰ ਬੈੱਡ ਰੈਸਟ ਆ ਇਹਨਾਂ ਦੀ, ਪਤਾ ਨਹੀਂ ਕੀ ਰੱਬ ਨੇ। ਚੱਲ ਹੋ ਜਾਣਾ ਠੀਕ ਹੀ, ਚੱਲਦੀ ਕੀ ਲੱਗ ਗਈ ਤੈਨੂੰ ਨਜ਼ਰ? ਲੱਗ ਗਈ ਤੇ ਹੁਣ ਗੈਸਟ ਆ ਰਹੇ ਨੇ, ਹੁਣ ਮੈਂ ਤੇ ਮੰਮੀ ਨੇ ਸਫਾਈਆਂ ਕਰਨੀ ਨੇ। ਲੈ ਮੈਂ ਉੱਚਾ ਮੈਂ ਲਾਉਣਾ ਮੰਮੀ, ਕਿਵੇਂ ਫਿਰ ਤੂੰ ਸੜਿਆ ਜਾ ਲਾ ਦੇਗਾ? ਨਹੀਂ ਵਧੀਆ ਲਾਉਂ, ਕੱਲ ਵੀ ਕੱਲ ਵਧੀਆ ਲਾਇਆ ਜੀ, ਕੱਲ ਵਧੀਆ। ਲੈ ਮੈਂ ਜਾ ਖੜ ਜਾ ਮਾੜਾ ਜਾ, ਮੈਨੂੰ ਉਧਰ ਕਿੱਧਰ ਉਹ ਮੈਂ ਲਾ ਦਿੰਨਾ, ਫਿਰ ਤੇਰੀ ਢੂਈ ਦੁਖਣ ਲੱਗ ਜੂਗੀ, ਫਿਰ ਰੋਵੇਂਗੀ, ਦੁਖਦੀ ਹੋਈ ਆ। ਹੋਰ ਸਾਰੀ ਬਿਮਾਰ ਹੋ ਕੇ ਬੈਠ ਕੇ, ਚੱਲ ਮੈਂ ਛੱਡ, ਮੈਂ ਲਾ ਦਾਂ, ਮੈਂ ਉਧਰ ਲਾ ਦਾਂ। ਕਿੱਧਰ ਲਾਉਣਾ? ਆ ਚੱਪਲਾਂ ਦੀ ਕਿਵੇਂ ਸੇਲ ਲਾਈ ਆ ਮੰਮੀ? ਆ ਤਾਂ ਸੱਤ ਤੋਂ ਡਰ ਹੀ ਲਾਦਾ, ਕਿਤੇ ਹੋਰ ਨਾ ਗਿਰ ਜੇ, ਦੇਖੀ ਜਿੱਦੇ ਮਰਨਾ ਹੋਊਗਾ ਫਿਰ ਕਿਹੜਾ ਹੱਥ ਲਾ ਲਾਂਗੇ। ਤਾਂ ਬਚਾ ਤਾਂ ਕਿਸੇ ਤੋਂ ਨਹੀਂ ਹੋਣਾ, ਜਿੱਦੇ ਆ ਗਈ ਉੱਦੇ ਤਾਂ ਆ ਹੀ। ਲੈ ਮੰਮੀ ਹੁਣ ਕਹਿੰਦੀ ਮੈਂ ਧੂਪ ਲਾਦਾ ਬਾਬਿਆਂ ਨੂੰ, ਹੁਣ ਮੈਂ ਪੋਚੇ ਲਾਉਣਾ। ਯਕੀਨ ਨਹੀਂ ਹੈਗਾ ਮੰਮੀ ਨੂੰ ਸਾਡੇ ਤੇ ਵੀ, ਹਾਂ ਵੀ ਵਧੀਆ ਕੰਮ ਕਰਨਗੇ। ਤੈਨੂੰ ਲੈ ਪਤਾ ਤੇਰਾ ਮੁੰਡਾ ਸਾਰਾ ਕੁਝ ਕਰ ਲੈਂਦਾ, ਪਤਾ ਨਾ ਹਨਾ ਮੰਮੀ? ਚੰਗਾ ਪੋਚਾ ਤਾਂ ਮੈਂ ਧੋ ਕੇ ਦਊਂ ਤੈਨੂੰ, ਪਰ ਤੂੰ ਤਾਂ ਬੇਕਾਰ ਜਿਹਾ ਲਾ ਦੇਂਗਾ। ਲੈ ਨਾ, ਜਦੋਂ ਤੂੰ ਕਦੇ ਨਾਨਕੇ ਚੱਲ ਜਾਂਦੀ ਦੀ ਮੰਮੀ, ਹੈ ਮੈਂ ਝਾੜੂ ਵੀ ਲਾ ਦਿੰਦਾ ਦੀ, ਮਾੜਾ ਜਿਹਾ ਥੋਂਤੀ ਮੱਝਾਂ ਦਾ ਵੀ ਕਰ ਦਿੰਦਾ ਦੀਗਾ, ਹੈ ਉਹ ਤੂੰ ਗੱਲਾਂ ਦੇਖ ਲੈ ਕਿਹੜੀ ਮੋਹਰ ਦੀ ਮੋਹਰ ਤੁਰਨ। ਹਟ ਜਾ ਮੈਨੂੰ ਮੜੀ ਧੁੱਪ, ਇੱਧਰ ਗਿੱਲੇ ਕਰਕੇ ਨਾ ਮੁਸਕ ਮਾਰਨ ਲੱਗ ਜਾਂਦਾ, ਧੁੱਪ ਤਾਂ ਲੱਗਦੀ ਨਹੀਂ ਮੰਮੀ। ਇਹਦੇ ਕਰਕੇ ਵੀ ਆ ਕੁਛ ਸਿਗਲ ਆ ਗਈ ਨਾ, ਉਹਦੇ ਕਰਕੇ ਆ, ਡਰ ਹੀ ਲੱਗਦਾ ਹਲੇ ਤਾਂ। ਰੱਬ ਸੁੱਖ ਰੱਖੇ, ਚੱਕਾਂਗੇ ਤੇ ਝੜ ਪੜਿਆ ਇੱਧਰ ਦੀ ਲਾ। ਕਿੱਥੇ ਮੰਮੀ, ਕਿੱਥੋਂ ਦੀ ਚੜਾ ਮੈਂ? ਬਹੁਤ ਪੱਤੇ ਪਏ ਨੇ ਬੜਾ ਕੋਠੇ ਦੇ, ਮੇਰਾ ਇੰਨਾ ਜੀ ਕਰਦਾ ਸੰਭਰਨ ਨੂੰ ਉੱਤੇ। ਲੈ ਵਜਾ ਦੇ ਹੁਣ, ਵਾਹਿਗੁਰੂ ਤੰਦਰੁਸਤੀ ਬਖਸ਼ੀ, ਠੀਕ ਕਰਦੇ ਸਾਰਿਆਂ ਨੂੰ ਹਨਾ ਮੰਮੀ? ਮੈਂ ਤਾਂ ਬਥੇਰਾ ਉੱਠ ਕੇ ਕਹਿੰਦੀ ਹਾਂ, ਮੈਂ ਤਾਂ ਕਹਿੰਦੀ ਸਾਰਿਆਂ ਨੂੰ ਕਰਦੇ, ਮੈਂ ਤਾਂ ਸਭ ਦੀ ਸੁੱਖ ਭਾਲਦੀ ਹਾਂ। ਸਭ ਦੀ ਭਾਲ ਕਰਨੀ ਚਾਹੀਦੀ ਆ, ਮੈਂ ਕਿਹੜਾ ਕੱਲੀ ਕਹਿੰਦੀ ਹਾਂ, ਮੈਂ ਤਾਂ ਕਹਿੰਦੀ। ਚਲ ਆ ਜਾ ਆ ਜਾ, ਹੁਣ ਬਾਬੇ ਨੂੰ ਤਾਂ ਮੱਥਾ ਟੇਕ ਲਿਆ ਜਾ, ਆ ਜਾ ਆ ਜਾ। ਮੈਂ ਜੋਤ ਮੰਨ ਜਾਣੀ ਹਾਂ, ਮੈਂ ਮੰਨਦੀ ਭਾਂਡੇ, ਫਿਰ ਤੂੰ ਚਲਾਈ ਮੋਟਰ, ਫਿਰ ਮੈਂ ਬਾਥਰੂਮ ਧੋਊਂਗੀ। ਬਾਥਰੂਮ ਕਿ ਬਾਥਰੂਮ? ਚੱਲ ਬਸ ਮੈਂ ਸਾਰਾ ਧੋ ਦੂੰਗੀ ਹੌਲੀ ਹੌਲੀ। ਅੱਛਾ, ਪੀੜੀ ਤੋਂ ਬਹਿ ਕੇ ਮੰਮੀ ਅੱਗੇ ਕੀ ਕਹਿੰਦੇ ਹੁੰਦੇ ਪੁਰਾਣੇ ਸਮਿਆਂ 'ਚ ਇਹਨੂੰ, ਬਾਥਰੂਮਾਂ ਨੂੰ? ਗੁਸਲਖਾਨਾ। ਚੱਲ ਕੋਈ ਨੀ, ਹੁਣ ਤਾਂ ਬਣ ਗਏ, ਚੱਲ ਹੁਣ ਮੈਂ ਪੋਚਾ ਲਾ ਲਾ ਤੇਰੇ ਦਾ। ਮੰਮੀ ਨੱਕ ਥੱਲੇ ਕੰਮ ਵੀ ਨਹੀਂ ਆਉਂਦਾ ਹੈਗਾ, ਜਮਾਂ ਵੀ ਉਹਦਾ ਕੀ ਫਾਇਦਾ ਜਿਹੜਾ ਅੱਗ ਲਾਉਣਾ। ਫੜਾ ਉਹਨਾਂ, ਫੜਾ ਫੜ ਜਾ ਓਏ ਬੱਸ। ਕਿੱਥੋਂ ਪੈਣਾ ਨਾ ਕਰ, ਮੈਂ ਪੋਚਾ ਲਾਇਆ, ਲੈ ਇੱਥੇ ਫੜ ਕੇ ਲਾ।
ਲੈ ਫੜ ਲਾ ਲਾ ਲੈ ਫਿਰ ਕਹੀ ਮੇਰੀ ਹੁਣ ਤੂੰ ਹੀ ਦੁਖਦੀ ਆ ਲੱਤਾਂ ਦੀ ਜਾਨ ਨਿਕਲੀ ਫਿਰ ਹੁਣ ਤੂੰ ਪੰਗੇ ਕਾਹਨੂੰ ਲੈਂਦੀ ਜਦ ਕਹੀ ਜਾਂਦਾ ਲਾਈ ਜਾਂਦਾ ਮੈਂ ਲੈ ਇੱਧਰ ਹੁਣ ਮੰਮੀ ਕੀ ਹੋਇਆ ਲੈ ਮੰਮੀ ਨੇ ਤਾਂ ਮੇਰੇ ਹੱਥ 'ਚ ਪੋਚਾ ਖੋਲਿਆ ਹੁਣ ਮੈਂ ਮੋਣ ਸਾਹਮਣੇ ਉਠਾਉਣਾ ਲੈ ਅੱਜ ਘਰ ਗੈਸਟ ਆਉਣੇ ਤੇ ਮੰਮੀ ਕਹਿੰਦੀ ਮਹੀਂ ਪੋਚਾ ਲਾਉਣਾ ਸੁਣ ਤਾਂ ਪੋਚਾ ਹੀ ਨਹੀਂ ਲਾਉਣਾ ਦਾ ਹਾਂ ਵੀ ਸਾਡੇ ਜਗ੍ਹਾ ਦੀ ਥੋੜ੍ਹਾ ਦੇਖੋ ਸੋਫੇ ਭਰੇ ਪੈਣੇ ਕੱਪੜੇ ਮੰਜੇ ਭਰੇ ਪੈਣੇ ਕਿਉਂਕਿ ਧੁੱਪ ਨਹੀਂ ਨਿਕਲਦੀ ਜਦੋਂ ਮੂਡ ਬਣਾਇਆ ਤਾਂ ਉਦੋਂ ਨਹੀਂ ਮੰਮੀ ਕਹਿੰਦੀ ਚਲੋ ਉੱਠੋ ਚਲੋ ਨਾ ਧੁੱਪ ਨਿਕਲੀ ਚਲੋ ਉੱਠੋ ਅੱਜ ਉੱਠੋ ਬੜੇ ਵਾਹਿਗੁਰੂ ਚਲੋ ਪਹਿਲਾਂ ਨੂੰ ਤਾਂ ਫਰਕ ਆ ਕੱਲ ਪੂਰੀ ਸਹੀ ਹੋ ਗਈ ਸੀ ਪਹਿਲੇ ਵਾਲੇ ਦਿਨ ਤੇ ਆ ਗਈ ਫਿਰ ਹੁਣ ਦੁਬਾਰਾ ਫੇਰ ਉਹੀ ਵਾਲਾ ਪਹਿਲੇ ਵਾਲੇ ਦਿਨ ਤੇ ਆ ਗਈ ਪਹਿਲੇ ਵਾਲੇ ਪੇਠ ਆਕੜੀ ਪਈ ਆ ਨਾਲ ਨਾਲ ਜਿਹੜਾ ਪੈਰ ਆ ਉਹ ਵੀ ਉੱਪਰੋਂ ਆਕੜਿਆ ਪਿਆ ਰਜਾਈ ਤਾਂ ਇਹਨੂੰ ਦੇ ਦੇ ਉੱਥੇ ਬਹਿ ਜੂਗੀ ਬੈਡ ਤੇ ਐਸੀ ਮੰਮੀ ਦੀ ਤਾਂ ਤਰੀਫ ਹੀ ਬੜੀ ਸੋਹਣੀ ਮੇਰੀ ਮੰਮੀ ਬੜੀ ਸੋਹਣੀ ਹੈਗੀ ਨੀ ਤੇਰੀ ਮੰਮੀ ਸੋਹਣੀ ਹੈ ਸੋਹਣੀ ਹੈ ਮੈਂ ਤਾਂ ਹੁਣ ਭੁੱਖ ਨੇ ਖਾ ਲਈ ਬੁੱਢੀ ਹੋ ਗਈ ਹੁਣ ਤਾਂ ਬੁੱਢੀ ਇਹ ਬੁੱਢੀ ਹੋ ਗਈ ਬੁੱਢੀ ਟੋਹੀ ਨੇ ਕਰਤੀ ਮੈਂ ਤਾਂ ਟੋਹੀ ਨਹੀਂ ਕਰਤੀ ਕੁਛ ਮੇਰੀ ਮਾਂ ਨੇ ਕਰਤੀ ਬੀਬੀ ਵਿਚਾਰੀ ਮੰਮੀ ਜਿਹੜਾ ਆਪਾਂ ਖੋਆ ਕੱਢਿਆ ਉਹ ਆਪਾਂ ਖੋਆ ਵੰਡੇ ਆਉਣੇ ਆਗੇ ਮੈਨੂੰ ਨਹੀਂ ਪਤਾ ਤੂੰ ਚੱਕ ਮੰਮੀ ਰੋਣ ਲੱਗ ਗਈ ਮੰਮੀ ਸਾਡੀ ਇਮੋਸ਼ਨਲ ਹੋ ਗਈ ਵਿਚਾਰੀ ਬੀਬੀ ਸਾਡੇ ਅੱਗੇ ਖੋਆ ਕੱਢ ਕੇ ਭੇਜ ਦਿੰਦੀ ਸਰ ਕਿੱਥੇ ਹੁਣ ਸਾਨੂੰ ਆ ਮੱਥਾ ਮਾਰਨਾ ਪੈਂਦਾ ਮਾਂ ਮੇਰੀ ਏ ਚੁੱਪ ਕਰ ਜਾ ਓਏ ਚੁੱਪ ਕਰ ਜੋ ਚੁੱਪ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਚੁੱਪ ਹਾਂ ਮੰਮੀ ਇਹਦੇ ਨਾਲ ਆਰਾਮਦਾਰੀ ਮਿਲਦੀ ਹੈ ਮੰਮੀ ਤੇ ਮਿਸਟਰ ਦੀ ਹੋ ਗਈ ਸੀ ਬੋਲਾ ਕਹਿੰਦੇ ਲਾਉਣਾ ਪੋਚਾ ਹੁਣ ਕਹਿੰਦੇ ਲਾਉਣਾ ਪੋਚਾ ਮੰਮੀ ਨੇ ਆਪ ਪੋਚਾ ਲਾ ਰਹੀ ਧੁੱਪ ਨੀ ਨਿਕਲ ਰਹੀ ਇੱਕ ਤਾਂ ਬਾਬੇ ਨੂੰ ਚਿੱਠੀ ਚਿੱਠੀ ਪਾਓ ਰੱਬ ਨੂੰ ਜੇ ਰੱਬ ਐ ਹਰੇਕ ਦੀ ਮੰਨ ਲਾਉਂਦਾ ਧੁੱਪ ਕਢਾ ਦੋ ਨਾਲੇ ਮੇਰੀ ਪਿੱਠ ਪੁੱਠ ਸੈੱਟ ਕਰਾ ਦੋ ਰੱਬ ਤੋਂ ਹਾਏ ਹੋਏ ਹੋਏ ਰੱਬ ਧੁੱਪ ਨਿਕਲਦੀ ਕਦੋਂ ਸੈੱਟ ਹੋਣਾ ਨਿਕਲੂ ਨਿਕਲੂ ਧੁੱਪ ਅੱਜ ਲੱਗਦਾ ਨਿਕਲ ਜੂ ਹੋ ਯਾਰ ਨਿਕਲੇ ਇੱਧਰ ਸੱਗੂ ਤਾਪ ਰਜਾਈ 'ਚ ਬੈਠੀ ਸੱਗੂ ਕੀ ਹੋ ਗਿਆ ਸੀ ਸਾਡੇ ਕਾਕੇ ਨੂੰ ਕੀ ਹੋਇਆ ਸੀ ਹਾਂ ਕੱਪੜੇ ਹਜੇ ਧੋਣ ਵਾਲੇ ਪਏ ਹਜੇ ਅੰਦਰ ਇੰਨੇ ਧੋਤੇ ਪਏ ਆ ਸੁੱਕਦੇ ਹੈ ਨੀ ਕੀ ਕਰੀਏ ਧੋਈ ਜਾਂਦੇ ਅਸੀਂ ਤਾਂ ਆਲ ਕਲੀਅਰ ਵਾ ਉਹ ਤੁਹਾਡੀ ਕੱਲ੍ਹ ਤਰੀਫ ਕਰਦੇ ਸੀ ਕਹਿੰਦੇ ਕੰਮ ਕਰਨਾ ਚਾਹੀਦਾ ਲਿਖਿਆ ਵੀ ਦੀ ਕਹਿੰਦਾ ਵਾਲਾ ਹੋ ਗਿਆ ਜਨਾਨੀ ਥੱਲੇ ਲੱਗਿਆ ਪਿਆ ਕਿਸੇ ਨੇ ਨਹੀਂ ਲਿਖਿਆ ਇੱਕ ਕਮੈਂਟ
ਜਿਹੜੇ ਇੰਨੇ ਤੁਹਾਨੂੰ ਪੋਜ਼ਿਟਿਵ ਕਮੈਂਟ ਆਏ ਤੁਹਾਡੀ ਤਾਰੀਫ ਕੀਤੀ, ਕੰਮ ਕਰਨਾ ਚਾਹੀਦਾ ਉਹਨਾਂ ਦਾ, ਬਹੁਤ ਬਹੁਤ ਥੈਂਕ ਯੂ, ਕੰਮ ਕਰਨਾ ਚਾਹੀਦਾ। ਮੈਂ ਤਾਂ ਆਪ ਇਹੀ ਕਹਿਣਾ, ਜਦ ਜਨਾਨੀਆਂ ਆਪਣੀਆਂ ਕੰਮ ਕਰਦੀਆਂ ਤਾਂ ਬੰਦੇ ਨੂੰ ਕਿਉਂ ਸ਼ਰਮ ਆਉਂਦੀ, ਮੇਰੀ ਮਾਂ ਬਿਮਾਰ ਹੋ ਜਾਂਦੀ, ਮੇਰਾ ਬਾਪ ਵੀ ਸਾਡੇ ਸਿਰ ਬਾਹ ਕੇ ਜਾਂਦਾ ਪਾਉਂਦਾ ਹੁੰਦਾ ਸੀ, ਸਾਡਾ ਡੈਡੀ ਜਦੋਂ ਮੰਮੀ ਬਿਮਾਰ ਸੀ ਛੋਟੇ ਛੋਟੇ ਹੁੰਦੇ ਕੱਪੜੇ ਵੀ ਧੋਂਦਾ ਸੀ, ਪੋਤੜੇ ਵੀ ਪਾ ਦਿੰਦਾ ਸੀ ਸਾਡਾ ਡੈਡੀ। ਉਹ ਦੇਖੋ ਮੰਮੀ ਫਿਰ ਚੱਲ ਗਈ ਅੰਦਰ ਪੋਚਾ ਲਾਉਣ। ਮੰਮੀ ਗਈ ਦੂਜੀ ਵਾਰੀ, ਠੰਡ ਬਹੁਤ ਹੈ ਇਹਨੂੰ ਲੁਕੋ ਦੋ, ਸਾਡਾ ਤਾਂ ਕੁੰਡਾ ਹੋਇਆ ਹੀ ਪਿਆ। ਦੇਖੇ ਨਹੀਂ, ਨਹੀਂ ਇਹਨੂੰ ਲੁਕੋ ਦੋ, ਲੁਕਾਉਣਾ ਇਹਨੂੰ ਪਤਾ ਵੀ ਹੁਣ, ਚੱਲ ਬੈਠ ਆ ਲੁਕੋ ਦੋ ਇਹਨੂੰ ਚੰਗੀ ਤਰ੍ਹਾਂ, ਠੰਡ ਨਾ ਲੱਗੇ। ਮਿਸਟਰ ਨੂੰ ਹੁਣ ਤਰਸ ਆ ਗਿਆ ਸਾਡੇ ਤੇ, ਹੈ ਨਾ, ਕਹਿੰਦੇ ਚੱਲ ਮੈਂ ਭਾਂਡੇ ਵੀ ਧਵਾਈ ਦਿੰਦਾ ਤੁਹਾਡੇ ਨਾਲ। ਹਾਏ ਬਹੁਤ ਔਖਾ ਹੋਇਆ ਪਿਆ ਮੇਰਾ ਤਾਂ, ਜੋ ਮੰਮੀ ਦੀ ਹਾਲਾਤ ਆ ਉਹੀ ਮੇਰੇ ਹਾਲਾਤ, ਮੈਂ ਕਿਹਾ ਜੋ ਮੰਮੀ ਨਾਲ ਪਹਿਲਾਂ ਹੋਇਆ ਹੁਣ ਉਹੀ ਚੀਜ਼ਾਂ ਮੇਰੇ ਨਾਲ ਹੋ ਰਹੀਆਂ। ਮੰਮੀ ਵਿਚਾਰੀ ਪਹਿਲੀ ਆਕੜੀ ਪਈ। ਬਰਤਨ ਸਾਫ ਕਰਾਉਣੇ ਕਿਆ, ਸਾਬਣ ਤੁਹਾਨੂੰ ਚਾਹੀਦਾ ਫਿਰ ਯਾਰ, ਭਾਂਡੇ ਧੋਣਾ ਕੀ ਗੁਨਾ, ਆਪਾਂ ਗੁਰਦੁਆਰੇ ਜਾ ਕੇ ਵੀ ਤਾਂ ਮੁੰਡੇ ਸੇਵਾ ਕਰਦੇ ਆ ਅੱਗੇ ਹੋ ਹੋ ਕੇ। ਤੂੰ ਸਮਝਦੀ ਹੈਗੀ, ਗਾਲਾਂ ਕੱਢਣਗੇ ਯਾਰ, ਤੁਸੀਂ ਕੀ ਲੈਣਾ ਸੀ, ਆਪਸ ਚ ਖੁਸ਼ ਆ, ਲੋਕਾਂ ਨੂੰ ਸੜਦੇ ਸੜੀ ਜਾਣ ਪਿਆ। ਜੇ ਤੂੰ ਕਰਦਾ ਐ ਧੋਂਦੀ ਹੋਵੇ ਨਾ, ਕਰਦ ਚਿੱਟੀ ਚਿੱਟੀ ਪਈ ਹੋਵੇ, ਕਾਲੀ ਪਈ ਦੀ ਪੁੱਠੇ ਤਵੇ ਪਰ ਗੱਡਿਆਂ ਨਾਲ ਇੱਥੋਂ ਤੱਕ ਕਿ ਆਪਾਂ ਚਿਮਟਾ ਫੂਕਣਾ ਸਾਰਾ ਕੁਝ ਧੋਨੇ ਆ। ਯਾਰ ਇਹੀ ਤਾਂ ਪਿੰਡਾਂ ਦੀਆਂ ਮੌਜਾਂ। ਕੀ ਮਾਂ ਇਹ ਆ ਗਈ, ਤੁਹਾਨੂੰ ਕੀ ਸੀ ਉੱਧਰ ਭਾਂਡੇ ਨਹੀਂ ਹੈਗੇ, ਮੈਂ ਕਿਹਾ ਕਿਤੇ ਦੇਖਣੇ ਉਹਦਾ ਪੂਰਾ ਟੱਪੋ ਦੇ ਭਾਂਡੇ ਪਿਆ ਤੇ ਰਾਤ ਪੁੱਛ ਲੈ ਇਹਨੂੰ, ਕੰਮ ਜਿਆਦਾ ਖਵਾਉਣਾ ਪਿਆ ਪਿਆ, ਜਸ ਬਿਮਾਰ ਆ ਆਥਰ, ਫਿਰ ਕੰਮ ਟੁੱਕ ਰੋਟੀ ਟੁੱਕ ਦਾ ਵੀ ਤਾਂ ਕਰਦਾ, ਤਾਂ ਕਰਕੇ ਹੁਣ ਤੈਨੂੰ ਸੈੱਟ ਜੀ ਰੱਖਣਾ, ਤੂੰ ਸਹੀ ਰਹੇ ਆਪਣੇ। ਸਬਜ਼ੀ ਤਾਂ ਮੈਂ ਬੈਠੀ ਬੈਠੀ ਤੜਕਾ ਲਾ ਦੂੰਗੀ, ਚੁੱਕ ਕੇ ਕੰਮ ਨਹੀਂ ਕਰਨਾ ਮੁੰਨੇ, ਗੱਲ ਸੁਣ ਲਓ ਜੇ ਠੀਕ ਹੋਣਾ। ਹਾਂ ਮੈਂ ਕੱਲ ਨੂੰ ਚੁੱਕ ਕੇ ਮਾੜਾ ਜਿਹਾ ਕੰਮ ਕਰ ਲਈ, ਮੈਨੂੰ ਪਤਾ ਉਹਦੇ ਨਾਲ ਕੰਮ ਖਰਾਬ ਹੋ ਗਿਆ, ਤੁਹਾਡੇ ਲਈ ਤਾਂ ਮੈਂ ਗੋਹਾ ਕੂੜਾ ਵੀ ਕਰ,
ਪਾਜੀ ਸਿਮ ਟੂ ਇੱਕ ਤਾਂ ਇਹਨਾਂ ਨੇ ਸੀਰੀ ਵਿਚਾਰੀ ਪਾਗਲ ਕਰਤੀ ਬੋਲ ਹੇ ਸੀਰੀ ਕਾਲਿੰਗ ਅਮਨ ਪਾਜੀ ਸਿਮ ਟੂ ਹਾਂਜੀ ਮਹਾਰਾਜ ਜੀ ਲਓ ਜੀ ਮੈਂ ਮੰਮੀ ਨਾਲ ਭਾਂਡੇ ਤਾਂ ਮਜਾਤੇ ਅਤੇ ਹੁਣ ਕੱਪੜੇ ਕੁੱਪੜੇ ਮੰਮੀ ਕਹਿੰਦੀ ਮੈਂ ਧੋਤੇ ਆ ਸਾਰੇ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਅਤੇ ਮੰਮੀ ਕਹਿੰਦੀ ਤੂੰ ਜਾ ਸਮਾਨ ਲਿਆ ਸੌਦਾ ਪੱਤਾ ਜਿਹੜਾ ਵੀ ਮੁੱਕਿਆ ਹੋਇਆ ਅਤੇ ਹੁਣ ਮੈਂ ਧੂਰੀ ਜਾਂਦਾ ਸਬਜ਼ੀਆਂ ਸੁਬਜ਼ੀਆਂ ਲੈਣ ਕਿਉਂਕਿ ਘਰ ਅੱਜ ਗੈਸਟ ਆ ਰਿਹਾ ਅਤੇ ਵਲੌਗ ਨਾਲ ਬਣੇ ਰਹੋ ਦੇਖੋ ਕੌਣ ਗੈਸਟ ਆਉਂਦੇ ਹੈ ਨਾ ਅਤੇ ਹੁਣ ਮੈਂ ਚੱਲਿਆ ਮਾੜਾ ਜਿਹਾ ਸੈਰ ਅਤੇ ਮੈਡਮ ਘਰ ਨੇਗੇ ਬਾਕੀ ਵਲੌਗ ਕੰਟੀਨਿਊ ਇਹ ਕਰਨਗੇ ਅਤੇ ਮੰਮੀ ਭਾਈ ਬਹੁਤ ਸਿਆਣੀਆਂ ਬਹੁਤ ਸੋਹਣੀਆਂ ਪਰ ਇਹਦਾ ਕੰਮਾਂ ਨੇ ਅਤੇ ਥੋੜ੍ਹੀ ਜਿਹੀ ਗਰੀਬੀ ਨੇ ਵਿਚਾਰੀ ਬੁੱਢੀ ਕਰਤੀ ਹੈ ਨਾ ਲੈ ਵੀ ਹੁਣ ਮੈਂ ਚਾਹਵਾਂ ਫਿਰ ਇਜਾਜ਼ਤ ਹੈ ਲਿਆਓ ਚੰਗਾ ਫਿਰ ਚੱਲਿਆ ਮੈਂ ਬਾਏ ਧਿਆਨ ਰੱਖਿਓ ਆਪਦਾ ਬਾਏ ਹੈਲੋ ਕੱਪੜੇ ਚੱਕ ਰਹੇ ਯਾਰ ਹੁਣ ਦੇਖੋ ਕੱਪੜੇ ਸਾਰੇ ਭਰੇ ਆ ਯਾਰ ਕੱਪੜੇ ਹੁਣ ਅਸੀਂ ਸਾਰੇ ਸੁੱਕਣੇ ਪਾਤੇ ਆ ਅੰਦਰ ਸਾਡੇ ਢੇਰ ਲੱਗਾ ਪਿਆ ਸੀ ਹਜੇ ਵੀ ਅੱਧੇ ਕੱਪੜੇ ਅੰਦਰ ਪਏ ਆ ਹੁਣ ਸਮਝ ਨੀ ਆਉਂਦੀ ਕਿੱਥੇ ਪਾਈਏ ਨਾ ਧੁੱਪ ਨਿਕਲਦੀ ਆ ਮਸ਼ੀਨ ਚੱਲਦੀ ਪਈ ਆ ਧੋਣ ਵਾਸਤੇ ਮੰਮੀ ਨਾਲ ਨਾਲ ਤੋਂ ਹੀ ਜਾ ਰਹੀ ਹੈ ਸੱਗੂ ਮੈਡਮ ਕਿੰਨੇ ਕੁ ਰਹਿ ਗਏ ਕੱਪੜੇ ਵੀ ਚਲੋ ਰੱਬਾ ਇੱਕ ਦਿਨ ਧੁੱਪ ਕੱਢਦੇ ਸਾਡੇ ਸਾਰੇ ਕੱਪੜੇ ਸੁੱਕ ਜਾਣੇ ਇਹ ਵਾਲਾ ਤਾਂ ਅਰਦਾਸ ਸਾਰੇ ਜਣੇ ਕਰਦੇ ਹੋਣੇ ਅਤੇ ਮੈਂ ਰੋਟੀ ਖਾ ਲਈ ਆ ਰੋਟੀ ਖਾ ਕੇ ਹੁਣ ਮੈਡੀਸਿਨ ਲੈ ਲਈ ਆ ਅਤੇ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਮੇਰੇ ਤਾਂ ਹੁਣ ਇਸ ਟਾਈਮ ਬੈਠੀ ਹਾਂ ਬੈਠਣਾ ਵੀ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਕਿਉਂਕਿ ਬੈਕ ਦੀ ਪ੍ਰੋਬਲਮ ਕਰਕੇ ਉੱਠਣਾ ਬੈਠਣਾ ਝੁਕਣਾ ਸਾਰਾ ਕੁਛ ਮਨਾ ਕੀਤਾ ਪਿਆ ਚੱਲ ਫਿਰ ਵੀ ਹੈ ਨਾ ਇੰਨਾ ਟਾਈਮ ਬੈੱਡ 'ਤੇ ਨਹੀਂ ਪਿਆ ਜਾਂਦਾ ਦੋ ਦਿਨ ਹੋ ਗਏ ਸੀ ਮੈਨੂੰ ਪ੍ਰੋਪਰ ਰੈਸਟ 'ਤੇ ਫਿਰ ਕੱਲ੍ਹ ਮੈਂ ਉੱਠ ਕੇ ਮਾੜਾ ਮਾੜਾ ਮੈਂ ਕਿਹਾ ਚੱਲ ਥੋੜ੍ਹਾ ਮੋਟਾ ਕੰਮ ਹੀ ਕਰ ਲੈਂਦੀ ਹਾਂ ਅਤੇ ਇਸ ਕਰਕੇ ਮੈਂ ਕੱਲ੍ਹ ਥੋੜ੍ਹਾ ਮੋਟਾ ਹੀ ਕੀਤਾ ਸੀ ਹਲਕਾ ਫੁਲਕਾ ਅਤੇ ਅੱਜ ਫਿਰ ਮੇਰੀ ਸੇਮ ਫਸਟ ਡੇ ਵਾਲੀ ਕੰਡੀਸ਼ਨ ਹੋ ਗਈ ਬੈਕ 'ਤੇ ਇੰਨੀ ਜ਼ਿਆਦਾ ਸਟਿਫਨੈਸ ਹੋ ਗਈ ਆਕੜ ਪੈ ਗਈ ਬੈਕ 'ਤੇ ਨਾਲ ਪੈਰ 'ਤੇ ਵੀ ਪੂਰੀ ਸਟਿਫਨੈਸ ਹੋਈ ਪਈ ਆ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਹੁਣ ਤਾਂ ਹੁਣ ਮਜਬੂਰੀ 'ਚ ਲੰਮਾ ਹੀ ਪੈਣਾ ਪੈਣਾ ਹੁਣ ਕੁਛ ਨਹੀਂ ਕੀਤਾ ਜਾ ਸਕਦਾ ਮੈਡੀਸਿਨ ਵੀ ਲੈ ਲਈ ਆ ਅਤੇ ਮੰਮੀ ਵਿਚਾਰੀ ਦੋ ਤਿੰਨ ਦਿਨ ਹੋ ਗਏ ਮੰਮੀ ਵਿਚਾਰੀ ਸਾਰਾ ਕੰਮ ਕਰਨ ਲੱਗੀ ਪਈ ਆ ਹੁਣ ਵੀ ਮੰਮੀ ਕੱਪੜੇ ਧੋਣ ਲੱਗੀ ਪਈ ਆ ਮੈਂ ਨਾ ਚਾਹੁੰਦੇ ਹੋਏ ਵੀ ਹੈ ਨਾ ਕੋਈ ਨਹੀਂ ਕੰਮ ਕਰ ਸਕਦੀ ਚਲੋ ਬਾਬਾ ਜੀ ਬਸ ਹੁਣ ਜਲਦੀ ਜਲਦੀ ਠੀਕ ਕਰ ਦੇਣ ਹੁਣ ਥੋੜ੍ਹਾ ਟਾਈਮ ਮੈਂ ਰੈਸਟ ਕਰ ਲਈ ਸੀ ਅਤੇ ਮੈਡੀਸਿਨ ਵੀ ਖਾ ਲਈ ਸੀ ਚਲੋ ਅੱਗੇ ਨਾਲੋਂ ਥੋੜ੍ਹਾ ਫਰਕ ਹੈ ਮੈਡੀਸਿਨ ਜਿੰਨਾ ਟਾਈਮ ਦਾ ਅਸਰ ਰਹਿੰਦਾ ਉਨਾ ਟਾਈਮ ਫਰਕ ਪੈਂਦਾ ਪੇਨ ਤੋਂ ਰਿਲੀਫ ਮਿਲਦੀ ਆ ਅਤੇ ਮਿਸਟਰ ਵੀ ਆ ਗਏ ਆ ਸਮਾਨ ਲੈ ਆਉਂਦਾ ਸਾਰਾ ਅਤੇ ਹੁਣ ਮੈਂ ਲੱਗੀ ਹਾਂ ਸਬਜ਼ੀ ਬਣਾਉਣ ਚਲੋ ਬੈਠੀ ਬੈਠੀ ਨੇ ਮੈਂ ਹੌਲੀ ਹੌਲੀ ਸਮਾਨ ਸਾਰਾ ਰੈਡੀ ਕਰ ਲਿਆ ਸੀ ਬਾਕੀ ਜਿੰਨੇ ਵੀ ਕੱਪੜੇ ਸੀ ਮੰਮੀ ਨੇ ਸਾਰੇ ਧੋਤੇ ਆ ਸਾਰੀ ਸਾਫ਼ ਸਫਾਈ ਵੀ ਹੋ ਗਈ ਬਾਹਰੋਂ ਅਤੇ ਹੁਣ ਮੈਂ ਲੱਗੀ ਹਾਂ ਸਬਜ਼ੀ ਬਣਾਉਣ ਸਾਰਾ ਸਮਾਨ ਮੰਮੀ ਨੇ ਕੋਲ ਰੱਖਤਾ ਚੱਲ ਬੈਠੀ ਬੈਠੀ ਮੈਂ ਤੜਕਾ ਲਗਾ ਦੂੰਗੀ ਜਿੰਨਾ ਕੀ ਹੋਇਆ ਇੱਕ ਹੋਰ ਪੰਗਾ ਜਦੋਂ ਬੰਦਾ ਬਿਮਾਰ ਹੋਵੇ ਜਦੋਂ ਬੰਦੇ ਨੇ ਝੁਕਣਾ ਨਾ ਹੋਵੇ ਨਾ ਉਦੋਂ ਤਾਂ ਹਰੇਕ ਚੀਜ਼ ਜਾਣ ਜਾਣ ਬੁੱਝ ਕੇ ਡਿੱਗਦੀ ਪਹਿਲਾਂ ਕਰਦ ਡਿੱਗੀ ਚਲੋ ਉਹ ਬੜੀ ਮੁਸ਼ਕਲ ਚੱਕੀ ਫਿਰ ਮੈਂ ਇੱਥੇ ਸਾਰਾ ਜੀਰਾ ਦਾ ਡੱਬਾ ਡਿੱਗਿਆ ਮੇਰੇ ਤੋਂ ਸਾਰਾ ਜੀਰਾ ਖਿਲਾਰਤਾ ਮੈਂ ਇੱਧਰ ਸਾਰੇ ਪਿਆਜ਼ ਡਿੱਗੇ ਜਦੋਂ ਬੰਦਾ ਬਿਮਾਰ ਹੋਵੇ ਨਾ ਝੁਕਣਾ ਨਾ ਹੋਵੇ ਸਟ੍ਰਿਕਟਲੀ ਜਿਸ ਚੀਜ਼ ਤੋਂ ਡਾਕਟਰ ਨੇ ਮਨਾ ਕੀਤਾ ਹੋਵੇ ਉਹ ਚੀਜ਼ ਫਿਰ ਜਾਣ ਜਾਣ ਕੇ ਹੋਣੀ ਹੁੰਦੀ ਹੈ ਜੇ ਕਹੋ ਕਿ ਆਪਾਂ ਝੁਕਣਾ ਨਹੀਂ ਬਾਰ ਬਾਰ ਉੱਤਰ ਕੰਮ ਹੋਊਗਾ ਕਿ ਝੁਕਣਾ ਹੀ ਪੈਂਦਾ
ਹੁਣ ਮਿਸਟਰ ਗਏ ਆ ਗੈਸਟ ਨੂੰ ਲੈਣ ਵਾਸਤੇ ਅਤੇ ਮੈਂ ਫਟਾਫਟ ਹੁਣ ਸਬਜ਼ੀ ਬਣਾ ਲਾ ਅਤੇ ਹੁਣ ਅਸੀਂ ਬਣਾਉਣ ਲੱਗੇ ਹਾਂ ਮਟਰ ਪਨੀਰ ਮੈਂ ਤੜਕਾ ਲਗਾ ਦਾ ਫਟਾਫਟ ਅਤੇ ਮੈਂ ਮੰਮੀ ਨਹਾ ਰਹੀ ਆ ਫਿਰ ਬਾਅਦ ਵਿੱਚ ਮੈਂ ਤੜਕਾ ਲਗਾ ਕੇ ਫਿਰ ਮੈਂ ਵੀ ਨਹਾ ਧੋ ਲਊਂਗੀ ਅਤੇ ਹਜੇ ਮਟਰ ਕੱਢਣ ਵਾਲੇ ਪਏ ਆ ਮੰਮੀ ਵਿਚਾਰੀ ਸਵੇਰ ਦੀ ਲੱਗੀ ਮੰਮੀ ਹੁਣ ਨਹਾ ਧੋ ਕੇ ਫਿਰ ਮੇਰੇ ਨਾਲ ਮਟਰ ਕਢਾ ਦੋਗੇ ਚਲੋ ਹੁਣ ਮੈਂ ਫਟਾਫਟ ਤੜਕਾ ਲਗਾਵਾਂ ਬੈਠੀ ਬੈਠੀ ਹੌਲੀ ਹੌਲੀ ਲਗਾ ਦੇਣੀ ਇੱਧਰ ਲੱਗ ਰਿਹਾ ਤੜਕਾ ਸਬਜ਼ੀ ਨੂੰ ਮੰਮੀ ਹੁਣ ਨਹਾ ਧੋ ਲਈ ਆ ਅਤੇ ਮੰਮੀ ਖੋਲ ਰਹੀ ਆ ਆਟਾ ਅਤੇ ਫਟਾਫਟ ਆਪਾਂ ਸਬਜ਼ੀ ਬਣਾ ਕੇ ਫਿਰ ਬਣਾਵਾਂਗੇ ਰੋਟੀ ਸੱਗੂ ਆਪਣੀ ਚੌਂਕੇਦਾਰੀ ਦੀ ਡਿਊਟੀ ਕਰਨ ਲੱਗੀ ਪਈ ਆ ਸੱਗੂ ਸੱਗੂ ਤੜਕਾ ਆਪਣਾ ਰੈਡੀ ਆ ਹੁਣ ਇਹਦੇ ਵਿੱਚ ਆਪਾਂ ਪਾ ਲੈਣੀ ਥੋੜ੍ਹੀ ਜਿਹੀ ਮਲਾਈ ਕਿਉਂਕਿ ਮਲਾਈ ਨਾਲ ਬਹੁਤ ਜ਼ਿਆਦਾ ਵਧੀਆ ਟੇਸਟ ਹੋ ਜਾਂਦਾ ਹੁਣ ਇਹਦੇ ਵਿੱਚ ਮਲਾਈ ਵੀ ਐਡ ਕਰਤੀ ਮਟਰ ਵੀ ਐਡ ਕਰਤੇ ਹੁਣ ਥੋੜ੍ਹਾ ਟਾਈਮ ਹੀ ਬਸ ਇਹਨੂੰ ਸੇਕ ਲਗਾਉਣਾ ਫਿਰ ਇਹਦੇ ਵਿੱਚ ਅਸੀਂ ਗਰਮ ਗਰਮ ਪਾਣੀ ਐਡ ਕਰ ਦੇਣਾ ਫਾਈਨਲੀ ਆਪਣਾ ਪਨੀਰ ਮਟਰ ਪਨੀਰ ਰੈਡੀ ਆ ਇੱਧਰ ਸੈਲਡ ਵੀ ਰਾਇਤਾ ਵੀ ਬਣਾ ਲਿਆ ਅਤੇ ਸਬਜ਼ੀ ਵੀ ਬਣ ਰਹੀ ਆ ਮੰਮੀ ਹੁਣ ਲੱਗੇ ਆ ਰੋਟੀ ਬਣਾਉਣ ਅੱਗ ਪੂਰੀ ਮੱਚ ਰਹੀ ਆ ਮੰਮੀ ਫਟਾਫਟ ਰੋਟੀ ਬਣਾਓ ਹੁਣ ਮੈਂ ਨਹਾ ਧੋ ਕੇ ਰੈਡੀ ਹੋ ਜਾਵਾਂ ਜੀ ਹੁਣ ਆਪਾਂ ਚੱਲਾਂਗੇ ਧੂਰੀ ਹੁਣ ਇੱਥੇ ਹੀ ਕਰਦੇ ਇਸ ਵਲੋਗ ਨੂੰ ਐਂਡ ਜੇਕਰ ਵਧੀਆ ਲੱਗੇ ਸਾਰਿਆਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਅਤੇ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਕਿਆ ਤੁਹਾਨੂੰ ਅਗਲੇ ਵਲੋਗ ਦੇ ਵਿੱਚ ਪਤਾ ਲੱਗੂਗਾ ਕੌਣ ਆਇਆ ਸੀ ਕਿੱਥੇ ਗਏ ਆਪਾਂ ਟੇਕ ਕੇਅਰ ਬਾਏ ਬਾਏ ਮਿਲਦੇ ਆ ਥੋੜ੍ਹੀ ਦੇਰ ਤੱਕ ਜਾਣਾ ਤੇ ਚੱਲ ਰਹਿਣ ਦੇ ਛੱਡ ਪਰੇ ਚਲੋ